ਸਬਸਕ੍ਰਾਈਬ ਕਰੋ ਦਿਵਿਆ ਪੰਜਾਬ ਟੀਵੀ ਅਤੇ ਬੈਲ ਆਈਕਨ ਨੂੰ ਪ੍ਰੈਸ ਕਰੋ ਨਵੀਆਂ ਅਤੇ ਤਾਜ਼ੀਆਂ ਖਬਰਾਂ ਵੇਖਣ ਲਈ। ਬੀਤੇ ਦਿਨੀ ਪਿੰਡ ਕੋਟਲੀ ਸੂਰਤ ਮੱਲੀ ਦੇ ਵਿੱਚ ਪੰਜਾਬ ਦੇ ਕੈਬਨਿਟ ਮੰਤਰੀ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਦੀਆਂ ਹਦਾਇਤਾਂ ਦੇ ਅਨੁਸਾਰ ਅਤੇ ਪਿੰਡ ਦੇ ਸਰਪੰਚ ਅਤੇ ਗੈਸ ਏਜੰਸੀ ਦੇ ਮਾਲਕ ਤੇਜਵੀਰ ਸਿੰਘ ਭਿੱਟੇਵਿੰਡ ਦੇ ਸ਼ਲਾਘਾਯੋਗ ਉਪਰਾਲੇ ਸਦਕਾ ਸਰਦਾਰਨੀ ਜਤਿੰਦਰ ਕੌਰ ਰੰਧਾਵਾ ਨੇ 200 ਬਹੁਤ ਹੀ ਜ਼ਰੂਰਤਮੰਦ ਅਤੇ ਗਰੀਬ ਪਰਿਵਾਰਾਂ ਨੂੰ ਗੈਸ ਕਨੈਕਸ਼ਨ ਵੰਡੇ ਅਤੇ ਇਸ ਦੇ ਨਾਲ ਹੀ ਪਿੰਡ ਕੋਟਲੀ ਭਿੱਟੇਵਿੰਡ ਕੋਟਲੀ ਸੂਰਤਮੱਲੀ ਵਿਖੇ ਬੁਢਾਪਾ ਪੈਨਸ਼ਨ, ਵਿਧਵਾ ਪੈਨਸ਼ਨ, ਅੰਗਹੀਣ ਪੈਨਸ਼ਨ ਅਤੇ ਨੇਤਰਹੀਣ ਪੈਨਸ਼ਨ ਸਕੀਮਾਂ ਦੇ ਤਹਿਤ 300 ਲਾਭਪਾਤਰੀਆਂ ਨੂੰ ਸਰਟੀਫਿਕੇਟ ਵੀ ਵੰਡੇ ਗਏ। ਇਸ ਮੌਕੇ ਸਰਦਾਰਨੀ ਰੰਧਾਵਾ ਨੇ ਕਿਹਾ ਕਿ ਰੰਧਾਵਾ ਪਰਿਵਾਰ ਪਿਛਲੇ ਲੰਬੇ ਸਮੇਂ ਤੋਂ ਹਲਕਾ ਡੇਰਾ ਬਾਬਾ ਨਾਨਕ ਇਲਾਕੇ ਦੇ ਲੋਕਾਂ ਦੀ ਸੇਵਾ ਕਰਦਾ ਆ ਰਿਹਾ ਹੈ। ਉਹਨਾਂ ਕਿਹਾ ਕਿ ਮਜੀਠੀਆ ਵੱਲੋਂ ਬੀਤੇ ਦਿਨੀ ਕਿਸਾਨ ਬੁੱਧਰ ਸਿੰਘ ਦਾ ਕਰਜ਼ਾ ਮਾਫ਼ ਕਰਨਾ ਮਹਿਜ ਇੱਕ ਡਰਾਮਾ ਸੀ। ਕੈਪਟਨ ਸਾਹਿਬ ਦੇ ਨਾਲ ਜਿਹੜੇ ਸਾਡੀ ਅੱਗੇ ਆਉਣ ਵਾਲੀ ਪਾਰਲੀਮੈਂਟ ਉਹਦੇ ਵਿੱਚ ਬਿਜ਼ੀ ਨੇ। ਸੋ ਮੈਂ ਇੱਥੇ ਰੰਧਾਵਾ ਸਾਹਿਬ ਦੇ ਬਿਹਾਫ 'ਤੇ ਮੈਂ ਇੱਥੇ ਆਪਣੇ ਹਲਕੇ ਦੇ ਵਿੱਚ ਕੰਮ ਕਰ ਰਹੀ ਹਾਂ। ਉਹਨਾਂ ਦੀ ਗਾਈ ਉਹਨਾਂ ਨੇ ਮੈਨੂੰ ਆਪਣੇ ਪੂਰੇ ਅਧਿਕਾਰ ਦਿੱਤੇ ਹੋਏ ਨੇ। ਇਸ ਲੈਵਲ ਦੇ ਉੱਤੇ ਜੋ ਵੀ ਛੋਟੇ ਮੋਟੇ ਕੰਮ ਨੇ ਵਰਕਰਾਂ ਨੇ ਉਹ ਮੇਰਾ ਫਰਜ਼ ਪਸੰਦ ਹੈ। ਉਸ ਪਰਿਵਾਰ ਨਾਲ ਸੰਬੰਧਿਤ ਹੈ ਜਿਹੜਾ ਪੁਰਾਣੇ ਸਮਿਆਂ ਤੋਂ ਲੈ ਕੇ ਦੂਜੀ ਪੀੜ੍ਹੀ ਸਾਡੀ ਚੱਲ ਰਹੀ ਹੈ। ਵੱਡੇ ਰੰਧਾਵਾ ਸਾਹਿਬ ਨੂੰ ਇਸ ਹਲਕੇ ਦੀ ਮੁਹਾਰ ਨੂੰ ਬਦਲ ਕੋਈ ਕਮੀ ਨਹੀਂ ਸੀ ਛੱਡੀ। ਬਹੁਤ ਹੀ ਇਮਾਨਦਾਰੀ ਦੇ ਨਾਲ ਤਨਦੇਹੀ ਦੇ ਨਾਲ ਸਾਡਾ ਸਾਥ ਦੇਣਗੇ ਔਰ ਅਸੀਂ ਜਿਹੜੀਆਂ ਹੈਗੀਆਂ ਨੇ ਗ੍ਰਾਂਟਾਂ ਵਧੇਰੀਆਂ ਸ਼ੁਰੂ ਵੀ ਕਰ ਦਿੱਤੀਆਂ ਨੇ। ਉਹਦੇ ਵਿੱਚ ਉਹਨਾਂ ਨੇ ਕੰਮ ਵੀ ਸ਼ੁਰੂ ਕਰਵਾਏ ਹੋਏ ਨੇ ਔਰ ਉਹਨਾਂ ਨੂੰ ਸਾਡੇ 'ਤੇ ਪੂਰਨ ਵਿਸ਼ਵਾਸ ਹੈ ਕਿਉਂਕਿ ਅਸੀਂ ਉਹਨਾਂ ਦੇ ਨਾਲ ਆਪਣੇ ਹਲਕੇ ਦੇ ਵਿੱਚ ਇੱਕ ਸਿਆਸੀ ਪਰਿਵਾਰ ਦੀ ਤਰ੍ਹਾਂ ਨਹੀਂ, ਅਸੀਂ ਇੱਕ ਪਰਿਵਾਰ ਦੀ ਤਰ੍ਹਾਂ ਅਸੀਂ ਉਹਨਾਂ ਨਾਲ ਵਰਤ ਰਹੇ ਹਾਂ। ਸੋ ਇਹਨਾਂ ਨੂੰ ਬਹੁਤ ਪੁਰਾਣੀ ਸਾਡੇ ਬਾਰੇ ਜਾਣਕਾਰੀ ਆ, ਇਹਨਾਂ ਨੂੰ ਕੋਈ ਸ਼ੱਕ ਨਹੀਂ ਹੈ ਸਾਡੇ ਉੱਤੇ। ਸੋ ਇਹ ਇਹਨਾਂ ਦੇ ਹੌਂਸਲੇ ਬੜੇ ਬੁਲੰਦ ਨੇ ਔਰ ਮੈਨੂੰ ਹਲਕੇ ਦੇ ਵਿੱਚ ਜਿੱਥੇ ਜਿੱਥੇ ਵੀ ਮੈਂ ਜਾਂਦੀ ਹਾਂ ਮੈਨੂੰ ਲੋਕਾਂ ਦੇ ਵਿੱਚ ਬੜਾ ਜੋਸ਼ ਨਜ਼ਰ ਆਉਂਦਾ ਹੈ ਔਰ ਮੈਨੂੰ ਲੱਗਦਾ ਹੈ ਕਿ ਅਸੀਂ ਪਹਿਲਾਂ ਨਾਲੋਂ ਵੀ ਵੱਧ। ਅਕਾਲੀ ਦਲ ਦੀ ਕੀ ਹਾਲਤ ਹੈ ਜੀ ਇਸ ਵਕਤ? ਅਕਾਲੀ ਦਲ ਬਹੁਤ ਬੁਰੀ ਤਰ੍ਹਾਂ ਫੇਲ ਹੋਇਆ ਹੋਇਆ ਜੀ। ਇੱਥੇ ਐਕਚੁਲੀ ਉਹਨਾਂ ਕੋਲ ਕੋਈ ਕੈਂਡੀਡੇਟ ਹੀ ਨਹੀਂ ਹੈਗਾ, ਅੱਜ ਤੱਕ ਉਹ ਡਿਸਾਈਡ ਹੀ ਨਹੀਂ ਕੁਛ ਕਰ ਪਾ ਰਹੇ ਹੈਗੇ। ਸੋ ਸਾਨੂੰ ਉਹਨਾਂ ਦਾ ਕੋਈ ਡਰ ਨਹੀਂ ਹੈ। ਸਾਰੇ ਮੈਂਬਰ ਅਤੇ ਸਰਪੰਚ ਸਾਹਿਬ, ਬਹੁਤ ਹੀ ਪਤਵੰਤ ਸੱਜਣ, ਵਰਕਰ ਅਤੇ ਲੀਡਰ ਸਾਹਿਬਾਨ, ਖਾਸ ਤੌਰ 'ਤੇ ਮੇਰੀਆਂ ਮਾਤਾਵਾਂ ਅਤੇ ਭੈਣਾਂ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਇੱਥੇ ਸਾਰੇ ਇਕੱਠੇ ਹੋਏ ਹਾਂ ਇਸ ਸੰਬੰਧ ਦੇ ਵਿੱਚ ਕਿ ਜਿਸ ਤਰ੍ਹਾਂ ਸਰਪੰਚ ਮੇਰੇ ਵੀਰ ਖੇਲਵੀਰ ਨੇ ਦੱਸਿਆ ਕਿ ਅਸੀਂ ਇੱਥੇ ਸਿਲੰਡਰ ਪਹਿਲਾਂ ਵੰਡ ਦਿੱਤੇ ਹੋਏ ਸੀਗੇ ਅਤੇ ਹੁਣ ਅਸੀਂ ਗੈਸ ਚੁੱਲ੍ਹੇ ਦੇਣੇ ਨੇ। ਸੋ ਹੋਰ ਵੀ ਬਹੁਤ ਸਾਰੀਆਂ ਸਰਕਾਰ ਵੱਲੋਂ ਸਕੀਮਾਂ ਨੇ ਜਿਹੜੀਆਂ ਪ੍ਰੋਵਾਈਡ ਕੀਤੀਆਂ ਜਾ ਰਹੀਆਂ ਪਹਿਲ ਦੇ ਆਧਾਰ 'ਤੇ, ਕਿਉਂਕਿ ਇਹ ਪਿੰਡ ਹੈ ਜਿਹੜਾ ਸਾਡਾ ਇਹ ਬਿਲਕੁਲ ਮੇਨ ਰੋਡ ਦੇ ਉੱਪਰ ਹੈ ਔਰ ਜਦੋਂ ਐਂਟਰ ਕਰਦੇ ਹਾਂ ਬਟਾਲਾ ਤੋਂ ਤਾਂ ਸਭ ਤੋਂ ਪਹਿਲਾਂ ਇਹ ਨਜ਼ਰ ਆਉਂਦਾ ਹੈ। ਸੋ ਰੰਧਾਵਾ ਸਾਹਿਬ ਦਾ ਇਹ ਸੁਪਨਾ ਹੈ ਕਿ ਜਿਹੜੇ ਮੇਨ ਰੋਡ ਦੇ ਉੱਪਰ ਪਿੰਡ ਨੇ ਉਹਨਾਂ ਨੂੰ ਅਸੀਂ ਮਾਡਲ ਟਾਊਨ, ਮਾਡਲ ਸਿਟੀ, ਪਿੰਡ ਬਣਾਉਣਾ, ਮਾਡਲ ਵਿਲੇਜਿਸ ਬਣਾਉਣਾ ਹੈਗਾ। ਸੋ ਉਹਨਾਂ ਦੀ ਪੁਰਜ਼ੋਰ ਇਹ ਕੋਸ਼ਿਸ਼ ਹੈ। ਉਹ ਕੈਪਟਨ ਸਾਹਿਬ ਨੂੰ ਵੀ ਇਹਨਾਂ ਨੇ ਕਿਹਾ ਹੋਇਆ ਕਿ ਇਹਨਾਂ ਪਿੰਡਾਂ ਨੂੰ ਮੈਂ
ਇਹਨਾਂ ਦੀ ਨੁਹਾਰ ਬਦਲਣੀ ਆ ਤਾਂ ਕਿ ਦੂਸਰੇ ਪਿਛਲੇ ਪਿੰਡਾਂ ਨੂੰ ਵੀ ਇਸ ਤੋਂ ਸੇਧ ਮਿਲ ਸਕੇ। ਸੋ ਮੈਂ ਜਿਸ ਤਰ੍ਹਾਂ ਸੈਕਟਰੀ ਸਾਹਿਬ ਨੇ ਬੜੇ ਵਿਸਥਾਰ ਦੇ ਨਾਲ ਕਰਜ਼ਾ ਮਾਫ਼ੀ ਦੇ ਬਾਰੇ ਦੱਸਿਆ, ਸੋ ਮੈਂ ਵੀ ਮਜੀਠੀਆ ਸਾਹਿਬ ਨੂੰ ਇਹ ਕਹਿਣਾ ਚਾਹੁੰਦੀ ਹਾਂ, ਉਹਨਾਂ ਦੇ ਵਰਕਰਾਂ ਨੂੰ ਇਹ ਕਹਿਣਾ ਚਾਹੁੰਦੀ ਹਾਂ ਕਿ ਜੇ ਉਹਨਾਂ ਨੇ ਕਰਜ਼ਾ ਮਾਫ਼ ਕਰਨਾ ਸੀ ਤਾਂ ਉਹਨਾਂ ਨੂੰ ਆਪਣੇ ਸਰਕਾਰ ਦੇ ਸਮੇਂ ਦੇ ਵਿੱਚ ਉਹਨਾਂ ਨੇ ਬਹੁਤ ਪੈਸਾ ਇਕੱਠਾ ਕੀਤਾ ਸੀ, ਇਹ ਕਰਜ਼ਾ ਮਾਫ਼ੀ ਉਹਨਾਂ ਨੂੰ ਉਦੋਂ ਦੇਣੀ ਚਾਹੀਦੀ ਸੀਗੀ। ਇਹ ਉਹਨਾਂ ਨੂੰ ਗਲਤ ਸਮੇਂ ਦੇ ਉੱਤੇ ਗਲਤ ਪ੍ਰਚਾਰ ਤੁਹਾਡੇ ਵਿਚਾਰ ਦਾ ਤੁਹਾਡੇ ਵਿੱਚ ਲਿਆਉਣ ਦੇ ਲਈ ਇਹ ਕਰ ਰਹੇ ਨੇ। ਸੋ ਮੈਂ ਆਪਣੇ ਸਾਰੇ ਵੀਰਾਂ ਅਤੇ ਭੈਣਾਂ ਨੂੰ ਬੇਨਤੀ ਕਰਦੀ ਹਾਂ ਕਿ ਇਸ ਮੇਰੇ ਵੀਰ ਬੁੱਧ ਸਿੰਘ ਹੋਣਾ ਦਾ ਜੋ ਉਹਨਾਂ ਨੇ ਹਾਲ ਕੀਤਾ, ਉਹਨਾਂ ਨੂੰ ਨਸ਼ਰ ਕੀਤਾ ਇਸ ਸਾਡੇ ਇਲਾਕੇ ਦੇ ਵਿੱਚ, ਸਾਰੇ ਸਮਾਜ ਦੇ ਵਿੱਚ, ਮੀਡੀਆ ਦੇ ਵਿੱਚ। ਸੋ ਮੈਂ ਕਹਿੰਦੀ ਹਾਂ ਕਿ ਇਹ ਉਹਨਾਂ ਨੇ ਬਹੁਤ ਮਾੜੀ ਗੱਲ ਕੀਤੀ ਹੈ, ਕਰਜ਼ਾ ਮਾਫ਼ੀ ਦੇ ਡਾਕਟਰ ਸਾਹਿਬ ਵੱਲੋਂ ਹੋਈ ਹੈ। ਜਿੱਧਰੋਂ ਵੀ ਪੈਸਾ ਆਇਆ ਤੁਸੀਂ ਵੀ ਸਾਰੇ ਜਾਣਦੇ ਹੋ, ਅਸੀਂ ਵੀ ਜਾਣਦੇ ਹਾਂ ਕਿ ਮਜੀਠੀਆ ਸਾਹਿਬ ਵੱਲੋਂ ਨਹੀਂ ਹੋਇਆ। ਮੈਂ ਉਹਨਾਂ ਨੂੰ ਇਹ ਚੈਲੰਜ ਕਰਦੀ ਹਾਂ ਕਿ ਉਹ ਦੱਸ ਦੇਣ ਕਿ ਜੇ ਉਹਨਾਂ ਨੇ ਇਹਦੇ ਵਿੱਚ ਕੋਈ ਪੈਸਾ ਦਿੱਤਾ ਤਾਂ 2 ਲੱਖ ਰੁਪਈਆ ਜਿਹੜਾ ਉਹ ਡਾਕਟਰ ਸਾਹਿਬ ਹੋਣਾ ਨੇ ਕੀਤਾ, ਔਰ ਸਾਡੀ ਪਾਰਟੀ ਨਾਲ ਸੰਬੰਧ ਰੱਖਦੇ ਨੇ। ਸੋ ਮੈਂ ਹੋਰ ਵੀ ਆਪਣੇ ਸਾਰੇ ਵੀਰਾਂ ਨੂੰ ਇਹ ਕਹਿਣਾ ਚਾਹੁੰਦੀ ਹਾਂ ਕਿ ਜਿੱਥੇ ਜਿੱਥੇ ਵੀ ਡਿਵੈਲਪਮੈਂਟ ਦੀ ਜ਼ਰੂਰਤ ਹੈ, ਰੰਧਾਵਾ ਸਾਹਿਬ ਪੰਜਾਬ ਲੈਵਲ ਦੇ ਉੱਤੇ ਕੈਪਟਨ ਸਾਹਿਬ ਦੇ ਨਾਲ ਖੜੇ ਨੇ, ਕੈਪਟਨ ਸਾਹਿਬ ਉਹਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜੇ ਨੇ, ਔਰ ਰੰਧਾਵਾ ਸਾਹਿਬ ਦੇ ਨਾਲ ਉਹਨਾਂ ਦੇ ਬਿਹਾਫ 'ਤੇ, ਕਿਉਂਕਿ ਉਹਨਾਂ ਨੂੰ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਜ਼ਿੰਮੇਵਾਰੀਆਂ ਸੌਂਪੀਆਂ ਹੋਈਆਂ ਨੇ। ਸੋ ਮੈਂ ਤੁਹਾਡੀ ਸੇਵਾ ਦੇ ਵਿੱਚ ਇਸ ਹਲਕੇ ਦੇ ਵਿੱਚ ਪਿੰਡ ਧਾਰੋਵਾਲੀ ਦੇ ਵਿੱਚ ਜਿਸ ਤਰ੍ਹਾਂ ਸਾਡੇ ਬਜ਼ੁਰਗ ਪਿਤਾ ਸਰਦਾਰ ਸੰਤੋਖ ਸਿੰਘ ਜੀ ਰੰਧਾਵਾ, ਨਾਲ ਹੀ ਸਾਡੇ ਮਾਤਾ ਜੀ ਮਨਜੀਤ ਕੌਰ ਜੀ, ਉਹ ਉਹਨਾਂ ਦਾ ਪੂਰਾ ਸਾਥ ਦਿੰਦੇ ਸੀ, ਮੈਂ ਵੀ ਉਸੇ ਤਰ੍ਹਾਂ ਹੀ ਸਰਦਾਰ ਸੁਰਜਿੰਦਰ ਸਿੰਘ ਰੰਧਾਵਾ ਦੇ ਨਾਲ ਉਸੇ ਤਰ੍ਹਾਂ ਹੀ ਮੋਢੇ ਨਾਲ ਮੋਢਾ ਜੋੜ ਕੇ ਖੜੀ ਹਾਂ, ਔਰ ਤੁਹਾਡੀ ਸੇਵਾ ਦੇ ਵਿੱਚ ਮੈਂ ਤੁਹਾਡੇ ਸੇਵਾ ਦੇ ਵਿੱਚ ਹਾਜ਼ਰ ਹਾਂ। ਸੋ ਮੈਂ ਸਾਰਿਆਂ ਨੂੰ ਬੇਨਤੀ ਕਰਦੀ ਹਾਂ ਕਿ ਹਰ ਹਫ਼ਤੇ ਤਕਰੀਬਨ ਮੈਂ ਇੱਥੇ ਆਉਂਦੀ ਹਾਂ, ਮੇਰੀਆਂ ਭੈਣਾਂ ਅਤੇ ਵੀਰਾਂ ਨੂੰ ਜਿਨ੍ਹਾਂ ਨੂੰ ਵੀ ਕੋਈ ਦੁੱਖ ਹੈ, ਕੋਈ ਪ੍ਰੋਬਲਮ ਹੈ, ਤਾਂ ਸਾਰੇ ਮੇਰੇ ਕੋਲ ਆ ਸਕਦੇ ਹੈ। ਮੈਂ ਇੰਨੀ ਕਪੈਸਿਟੀ ਰੱਖਦੀ ਹਾਂ ਕਿ ਰੰਧਾਵਾ ਸਾਹਿਬ ਨੇ ਮੈਨੂੰ ਪਾਵਰਸ ਦਿੱਤੀਆਂ ਹੋਈਆਂ ਨੇ, ਮੈਂ ਡਿਸਟ੍ਰਿਕਟ ਲੈਵਲ ਤੱਕ ਦੇ ਕੋਈ ਵੀ ਕੰਮ ਹੈ ਜਿਹੜੇ ਉਹਨਾਂ ਦੇ ਕਰਵਾ ਸਕਦੀ ਹਾਂ। ਇੰਨਾ ਕਹਿੰਦੀ ਹੋਈ ਮੈਂ ਤੁਹਾਡੀ ਸਾਰਿਆਂ ਲਈ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਇਸ ਖਰਾਬ ਮੌਸਮ ਦੇ ਵਿੱਚ ਸਮਾਂ ਕੱਢਿਆ। ਸੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਜਿਹੜਾ ਸਭ ਤੋਂ ਪਹਿਲਾਂ ਤਾਂ ਜਿਹੜਾ ਗਰੀਬਾਂ ਦੇ ਸਿਲੰਡਰ ਆਏ ਸੀ ਸਰਕਾਰ ਵੱਲੋਂ, ਆਪਾਂ ਉਹ ਅੱਜ ਮੈਡਮ ਨੂੰ ਸੱਦ ਕੇ ਆਪਣੇ ਸੁਖਵਿੰਦਰ ਸਿੰਘ ਰੰਧਾਵਾ ਨੂੰ, ਜੋ ਵੀ ਉਹਨਾਂ ਦੀ ਹਾਜ਼ਰੀ ਵਿੱਚ ਅੱਜ ਸਿਲੰਡਰ ਵੰਡੇ ਜਾਂ ਕਨੈਕਸ਼ਨ ਦਿੱਤੇ ਆ ਗਰੀਬਾਂ ਨੂੰ, ਜੋ ਸਰਕਾਰ ਦੀ ਸਹੂਲਤਾਂ ਸੀ, ਨਾਲ ਜਿਹੜੀ ਸਾਡੀ ਸਰਕਾਰ ਵੱਲੋਂ ਪੈਨਸ਼ਨਾਂ ਲਾਈਆਂ ਗਈਆਂ ਜੀ, ਉਹ ਪੈਨਸ਼ਨਾਂ ਦੇ ਜਿਹੜੇ ਕਾਰਡ ਸੀ ਉਹ ਆਪਾਂ ਪੈਨਸ਼ਨਾਂ ਦੇ ਕਾਰਡ ਵੰਡੇ ਆ, ਜੋ ਕਿ ਅਸੀਂ 250-300 ਤੱਕ ਪੈਨਸ਼ਨਾਂ ਹੁਣ ਤੱਕ ਲਵਾ ਚੁੱਕੇ ਹਾਂ, ਅਤੇ ਹੋਰ ਵੀ ਜਿਹੜੇ ਕੋਲ ਰਹਿ ਗਏ ਆ ਆਪਾਂ ਹੋਰ ਜਲਦ ਤੋਂ ਜਲਦ ਕੋਸ਼ਿਸ਼ ਕਰਾਂਗੇ ਵੀ ਉਹ ਪੈਨਸ਼ਨਾਂ ਲਵਾਈਆਂ ਜਾਂਦੀਆਂ, ਲੋਕਾਂ ਨੂੰ ਸਹੂਲਤ ਦਿੱਤੀ ਜਾਵੇ। ਬਟਾਲਾ ਤੋਂ ਰਿੰਕੂ ਰਾਜਾ ਦੀ ਰਿਪੋਰਟ, ਦਿਵਿਆ ਪੰਜਾਬ ਟੀਵੀ।